ਕਿੰਨੇ ਖੇਤੇ ਨਹਿਰ ਟੁੱਟੀ ਹੈ? ਮੇਰੇ ਖੇਤ ਕਿੰਨੇ ਕ ਏਕੜ ਜਿਹੜੀ ਆ ਫਸਲ ਜਿਹੜੀ ਆ ਫਸਲ ਲਗਭਗ 15 ਕਿੱਲੇ ਸਰ ਮਾ ਵਿੱਚ ਕਦੋਂ ਪਤਾ ਲੱਗਿਆ ਨਹਿਰ ਕਿੰਨੇ ਵੀ ਟੁੱਟੀ? ਮੈਨੂੰ ਤਾਂ ਸਵੇਰੇ ਪਤਾ ਲੱਗਿਆ, ਮੈਂ ਤਾਂ ਬਾਹਰ ਗਿਆ ਹੋਇਆ। ਵਿਭਾਗ ਨੂੰ ਦਿੱਤੀ ਸੂਚਨਾ ਜੀ? ਹੈ ਨਹਿਰੀ ਵਿਭਾਗ ਨੂੰ ਸੂਚਨਾ ਦਿੱਤੀ ਕੋਈ? ਹਾਂ ਸੂਚਨਾ ਦਿੱਤੀ, ਹੁਣ ਉਹਨਾਂ ਦਾ ਬੰਦਾ ਆਇਆ ਉੱਥੇ ਬੰਦ ਕਰਵਾਈਏ, ਹੁਣ ਕਰਵਾਈਏ। ਕਦੋਂ ਪਤਾ ਲੱਗਿਆ ਨਹਿਰ ਕਿੰਨੇ ਵੀ ਟੁੱਟੀ? ਮੈਨੂੰ ਤਾਂ ਸਵੇਰੇ ਪਤਾ ਲੱਗਿਆ, ਮੈਂ ਤਾਂ ਬਾਹਰ ਗਿਆ ਹੋਇਆ। ਵਿਭਾਗ ਨੂੰ ਦਿੱਤੀ ਸੂਚਨਾ ਜੀ? ਹੈ ਨਹਿਰੀ ਵਿਭਾਗ ਨੂੰ ਸੂਚਨਾ ਦਿੱਤੀ ਕੋਈ? ਹਾਂ ਸੂਚਨਾ ਦਿੱਤੀ, ਹੁਣ ਉਹਨਾਂ ਦਾ ਬੰਦਾ ਆਇਆ ਉੱਥੇ ਬੰਦ ਕਰਵਾਈਏ, ਹੁਣ ਕਰਵਾਈਏ। ਠੀਕ, ਸਾਰੀ ਰਾਤ ਦਾ ਪਾਣੀ? ਸਾਰੀ ਰਾਤ ਦੇਖੋ ਜੀ, ਮਹੀਨਾ ਹਲੇ ਬਣੀ, ਡੇਢ ਮਹੀਨਾ ਹੋਇਆ ਇਹਨੂੰ ਬਣੀ ਨਹੀਂ। ਠੇਕੇਦਾਰ ਦੀ ਤੇ ਜੇਈ ਦੀ ਗਲਤੀ ਹੈ ਸਾਰੀ, ਸਾਰੀ ਗਲਤੀ ਉਹਨਾਂ ਦੀ, ਤੇ ਸਾਡਾ ਮੁਆਵਜ਼ਾ ਬਣਦਾ, ਉਹ ਮੁਆਵਜ਼ਾ ਦਿੱਤਾ ਜਾਵੇ। ਚੈਕਿੰਗ ਵਾਲੇ ਆਏ ਸੀ, ਉਹਨਾਂ ਨੇ ਕਿਹਾ ਕਾਗਜ਼ ਪਾਓ ਸਿੱਧਾ, ਬਸ ਅੱਗੇ ਦੀ ਫਸਲ ਦੀ ਉਮੀਦ ਹੈ ਨੀ ਕਦੋਂ ਵਿੱਚ ਜੀਗੀ? ਹੁਣ ਪਤਾ ਨਹੀਂ ਕਦੋਂ ਬੀਜੀ ਜਾਊਗੀ, ਨਰਮਾ ਬੀਜਿਆ ਇੰਨਾ ਮਹਿੰਗਾ ਬੀਜ ਹੈਗਾ। ਕਿੰਨੇ ਦਿਨ ਪਹਿਲਾਂ ਬੀਜਿਆ ਜੀ? 10-12 ਦਿਨ ਹੋਏ ਸਾਡੇ। ਕਿੰਨੇ ਖੇਤੇ ਨਹਿਰ ਟੁੱਟੀ ਹੈ? ਮੇਰੇ ਖੇਤ ਕਿੰਨੇ ਕੁ ਏਕੜ ਜਿਹੜੀ ਆ ਫਸਲ ਜਿਹੜੀ ਆ? ਫਸਲ ਲਗਭਗ 15 ਕਿੱਲੇ ਨਰਮਾ ਬੀਜਿਆ ਹੋਇਆ। ਕਦੋਂ ਪਤਾ ਲੱਗਿਆ ਨਹਿਰ ਕਿੰਨੇ ਵੀ ਟੁੱਟੀ? ਮੈਨੂੰ ਤਾਂ ਸਵੇਰੇ ਪਤਾ ਲੱਗਿਆ, ਮੈਂ ਤਾਂ ਬਾਹਰ ਗਿਆ ਹੋਇਆ। ਵਿਭਾਗ ਨੂੰ ਦਿੱਤੀ ਸੂਚਨਾ ਜੀ? ਹੈ ਨਹਿਰੀ ਵਿਭਾਗ ਨੂੰ ਸੂਚਨਾ ਦਿੱਤੀ ਕੋਈ? ਹਾਂ ਸੂਚਨਾ ਦਿੱਤੀ, ਹੁਣ ਉਹਨਾਂ ਦਾ ਬੰਦਾ ਆਇਆ ਉੱਥੇ ਬੰਦ ਕਰਵਾਈਏ, ਹੁਣ ਕਰਵਾਈਏ। ਠੀਕ, ਸਾਰੀ ਰਾਤ ਦਾ ਪਾਣੀ? ਸਾਰੀ ਰਾਤ ਦੇਖੋ ਜੀ, ਮਹੀਨਾ ਹਲੇ ਬਣੀ, ਡੇਢ ਮਹੀਨਾ ਹੋਇਆ ਇਹਨੂੰ ਬਣੀ ਨਹੀਂ। ਠੇਕੇਦਾਰ ਦੀ ਤੇ ਜੇਈ ਦੀ ਗਲਤੀ ਹੈ ਸਾਰੀ, ਸਾਰੀ ਗਲਤੀ ਉਹਨਾਂ ਦੀ, ਤੇ ਸਾਡਾ ਮੁਆਵਜ਼ਾ ਬਣਦਾ, ਉਹ ਮੁਆਵਜ਼ਾ ਦਿੱਤਾ ਜਾਵੇ। ਚੈਕਿੰਗ ਵਾਲੇ ਆਏ ਸੀ, ਉਹਨਾਂ ਨੇ ਕਿਹਾ ਕਾਗਜ਼ ਪਾਓ ਸਿੱਧਾ, ਬਸ ਪੋਸਟਮਾਰਟ ਕਰਕੇ ਇਹ ਮਿੱਟੀ ਇੱਥੋਂ ਪੱਟ ਕੇ ਇੱਥੇ ਪਾਤੀ, ਨਾ ਬਾਹਰੋਂ ਚਿਕਣੀ ਮਿੱਟੀ ਲਿਆਂਦੀ, ਨਾ ਹੋਰ ਲਿਆਂਦੀ। ਵਿਭਾਗ ਵਿਭਾਗ ਵਾਲੇ ਆਏ ਸੀ ਚੈੱਕ ਕਰਨ ਵਾਸਤੇ, ਸਾਰੀ ਮਿਲੀ ਬਗਤ ਹੈਗੀ ਸੀ, ਇਹ ਤੁਹਾਡੇ ਸਾਹਮਣੇ ਹੈਗਾ ਜਿਹੜਾ। ਕੋਈ ਪੇੜ ਪੁੱਤ ਡਿੱਗਿਆ? ਨਹੀਂ ਕੋਈ ਪੇੜ ਨਹੀਂ ਡਿੱਗਿਆ ਜੀ, ਹੁਣ ਡੇਢ ਮਹੀਨਾ ਦੇ ਬਣੇ ਨੇ ਹੋਏ ਨੇ, ਇੱਕ ਸਾਲ ਮਾਰਕ ਵੀ ਚੱਲੀ ਹੈ ਜੀ, ਚਾਲੂ ਕੀਤੀ ਉਹਨਾਂ ਨੇ। ਠੀਕ, ਕੀ ਮੰਗ ਕੀ ਕਰਦੇ ਹੋ ਸਰਕਾਰ? ਜਿਹੜਾ ਨੁਕਸਾਨ ਹੈ ਨੁਕਸਾਨ ਸਾਡਾ ਦਿਓ ਜੀ। ਅੱਗੇ ਦੀ ਫਸਲ ਦੀ ਉਮੀਦ ਹੈ ਨਹੀਂ ਕਦੋਂ ਬੀਜੀ ਜੀਗੀ? ਹੁਣ ਪਤਾ ਨਹੀਂ ਕਦੋਂ ਬੀਜੀ ਜਾਊਗੀ, ਨਰਮਾ ਬੀਜਿਆ ਇੰਨਾ ਮਹਿੰਗਾ ਬੀਜ ਹੈਗਾ। ਕਿੰਨੇ ਦਿਨ ਪਹਿਲਾਂ ਬੀਜਿਆ ਜੀ? 10-12 ਦਿਨ ਹੋਏ ਸਾਡੇ।